ਸਤਿਗੁਰ ਨਾਨਕ ਪ੍ਰਗਟਿਆ ਵਿੱਚ ਤੁੰਦ ਜਗ ਚਾਨਣ ਹੈ। ਇਸ ਵਾਕ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਥਮ ਗੁਰੂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅੱਜ ਪਰਬ ਨੂੰ ਸੰਬੰਧ ਰੱਖਦਿਆਂ ਹੋਇਆਂ ਅਤੇ ਗੁਰੂ ਅਰਜਨ ਦੇਵ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦੇ ਬੋਰਡ ਦੇ ਪ੍ਰੀਖਿਆਵਾਂ ਨੂੰ ਦੇਖਦਿਆਂ ਹੋਇਆਂ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਬੱਚਿਆਂ ਵੱਲੋਂ ਅਤੇ ਭਾਈ ਜੀ ਵੱਲੋਂ ਅੱਜ ਸਾਡੇ ਗਰਾਊਂਡ ਵਿੱਚ ਗੁਰੂ ਅਰਜਨ ਦੇਵ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਵਿੱਚ ਕੀਰਤਨ ਦਰਬਾਰ ਦਾ ਇੱਕ ਛੋਟਾ ਜਿਹਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅੱਜ ਸਾਡੇ ਮੈਨੇਜਮੈਂਟ ਕਮੇਟੀ ਦੇ ਮੈਂਬਰਸ, ਸਟਾਫ ਮੈਂਬਰਸ ਔਰ ਸਾਰੇ ਪੇਰੈਂਟਸ ਵੀ ਔਰ ਬੱਚੇ ਵੀ ਸਾਰੇ ਜਾਣੇ ਔਰ ਜਿਹੜੇ ਮਹਿਮਾਨ ਕੁਝ ਸਾਡੇ ਆਏ ਸਨ, ਜਿਨ੍ਹਾਂ ਨੇ ਸਾਨੂੰ ਪਿਆਰ ਭਰਿਆ, ਸਾਨੂੰ ਇੱਕ ਉਪਰਾਲਾ ਜਿਹੜਾ ਜਿਸ ਉਪਰਾਲੇ ਨੂੰ ਅਸੀਂ ਕੀਤਾ ਹੈ ਉਹਨਾਂ ਨੇ ਸਾਨੂੰ ਪਿਆਰ ਭਰੀ ਸ਼ਲਾਘਾ ਦਿੱਤੀ ਹੈ। ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡਾ ਸਕੂਲ ਚੜ੍ਹਦੀ ਕਲਾ ਵਿੱਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਜੋ ਕਿ ਸਾਰੀ ਦੁਨੀਆ ਮਨਾ ਰਹੀ ਹੈ, 550 ਸਾਲ ਅੱਜ ਪੂਰੇ ਹੋਏ ਹਨ। ਇਸ ਦੇ ਸੰਬੰਧ ਵਿੱਚ ਗੁਰਪੁਰਬ ਦੇ ਸਮਰਪਿਤ ਸ਼੍ਰੀ ਗੁਰੂ ਅਰਜਨ ਦੇਵ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਾਰੇ ਬੱਚਿਆਂ ਵੱਲੋਂ, ਮੈਨੇਜਰ ਸਟਾਫ ਵੱਲੋਂ ਔਰ ਟੀਚਰ ਸਾਹਿਬਾਨ ਵੱਲੋਂ ਸ਼੍ਰੀ ਗੁਰੂ ਅਖੰਡ ਪਾਠ ਜੀ ਦਾ ਅੱਜ ਭੋਗ ਪਿਆ ਹੈ। ਉਸ ਤੋਂ ਉਪਰੰਤ ਬੱਚਿਆਂ ਨੇ ਕੀਰਤਨ ਕੀਤੇ ਅਤੇ ਗਿਆਨੀ ਜੀ ਨੇ, ਸਾਡੇ ਗਗਨ ਜੀ ਨੇ ਪੂਰੇ ਜਥੇ ਨਾਲ ਰਸਪਰੀ ਕੀਰਤਨ ਕੀਤਾ ਔਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਏ। ਔਰ ਮੈਂ ਮੈਨੇਜਮੈਂਟ ਕਮੇਟੀ ਔਰ ਸਾਰੇ ਸਟਾਫ ਟੀਚਰ ਸਾਹਿਬਾਨ ਦਾ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਗੁਰਪੁਰਬ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।